ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਮਨਦੀਪ कौर ਸਿੱਧੂ ਸੋ ਬਹੁਤ-ਬਹੁਤ ਸ਼ੁਕਰੀਆ ਪਿਛਲੀ ਵੀਡੀਓਜ਼ ਮੇਰੇ ਨਾਲ ਜੁੜਨ ਲਈ ਤੇ ਉਹਨੂੰ ਸ਼ੇਅਰ ਕਰਨ ਲਈ ਤੁਹਾਨੂੰ ਪਤਾ ਹੈ ਕਿ ਸਿਰਫ ਇੱਕ ਮੰਥ ਦਾ ਇਹ ਟਾਸਕ ਸਾਡੇ ਲਈ ਜਿਹਦੇ ਵਿੱਚ ਪੰਜਾਬ ਵਿੱਚ 800 ਐਲੀਮੈਂਟਰੀ ਸਕੂਲ ਬੰਦ ਹੋ ਸਕਦੇ ਨੇ ਬੰਦ ਹੋਣ ਦਾ ਕਾਰਨ ਹੈ ਕਿ ਉਹਨਾਂ ਦੇ ਵਿੱਚ 20 ਤੋਂ ਘੱਟ ਗਿਣਤੀ ਵਿੱਚ ਜਿਹੜੇ ਬੱਚੇ ਨੇ ਸੋ ਬਹੁਤ ਜਲਦੀ ਅੱਜ ਸ਼ਾਮ ਤੱਕ ਅਸੀਂ ਆਪਣੀ ਲਿਸਟ ਜਿਹੜੀ ਪੂਰੀ 800 ਸਕੂਲ ਦੀ ਮੈਂ ਆਪਣੇ ਪੇਜ ਤੇ ਪਬਲਿਸ਼ ਕਰਾਂਗੀ ਤੁਸੀਂ ਆਪਣੇ ਜ਼ਿਲ੍ਹੇ ਵਿੱਚ ਵੀ ਕੰਮ ਕਰ ਸਕਦੇ ਹੋ ਮੈਂ ਆਪਣੇ ਜ਼ਿਲ੍ਹੇ ਵਿੱਚ ਕੋਸ਼ਿਸ਼ ਕਰ ਰਹੀ ਹਾਂ ਇਸ ਪੂਰੀ ਯੂ ਨੋ ਮੁਹਿੰਮ ਤੇ ਕੰਮ ਕਰਨ ਦੀ ਸਭ ਤੋਂ ਪਹਿਲਾਂ ਅੱਜ ਅਸੀਂ ਜੋਗਾ ਵਾਲਾ ਜੋਗਾ ਸਿੰਘ ਵਾਲਾ ਸਕੂਲ ਦੇ ਵਿੱਚ ਵਿਜ਼ਿਟ ਕੀਤਾ ਜਿਹੜਾ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਬੰਦ ਹੋ ਸਕਦਾ ਹੈ ਉੱਥੇ ਸਿਰਫ ਪੰਜ ਬੱਚੇ ਨੇ ਸੋ ਮੈਂ ਉੱਥੇ ਸਰਪੰਚ ਜੀ ਦੀ ਮੈਂ ਨੰਬਰ ਵੀ ਪਾਇਆ ਹੈ ਤੇ ਮੈਂ ਉਹਨਾਂ ਨੂੰ ਕਨਵਿੰਸ ਵੀ ਕੀਤਾ ਹੈ ਬੜਾ ਮੋਟੀਵੇਟ ਕੀਤਾ ਹੈ ਤੁਸੀਂ ਵੀ ਕਰਨਾ ਹੈ ਕਿ ਉਹ ਸਕੂਲ ਜਿਹੜਾ ਬੰਦ ਨਾ ਹੋਵੇ ਦੂਸਰਾ ਲਿਸਟ ਦੇ ਵਿੱਚ ਜਿਹੜਾ ਨਾਮ ਸੀ ਉਹ ਸੀ ਆਨੰਦਵਾਲਾ ਆਨੰਦਵਾਲਾ ਪਿੰਡ ਜਿਲ੍ਹਾ ਅੰਮ੍ਰਿਤਸਰ ਦੇ ਵਿੱਚ ਸੋ ਤੁਸੀਂ ਬੜੇ ਖੁਸ਼ ਹੋਵੋਗੇ ਕਿ ਇਸ ਸਕੂਲ ਦਾ ਬਿਲਕੁਲ ਯੂ نو ਉਲਟ ਇਹ ਹੈਗਾ ਜਿੱਦ ਆਪਾਂ ਹੁਣੇ ਪਿਛਲੇ ਸਕੂਲ ਚ ਗਏ ਆ ਮੈਂ ਬੜੀ ਖੁਸ਼ ਆ ਇਸ ਸਕੂਲ ਚ ਸਿਰਫ ਦੋ ਟੀਚਰਸ ਨੇ ਤੇ ਸਕੂਲ ਵਿੱਚ ਜਿਹੜੇ ਆ ਆਲਰੇਡੀ 20 ਪਲੱਸ ਬੱਚੇ ਜਿਹੜੇ ਹੋਸ ਹੋ ਚੁੱਕੇ ਨੇ ਇਸ ਸਕੂਲ ਨੂੰ ਜਦੋਂ ਪਤਾ ਲੱਗਾ ਕਿ ਸਾਡੇ ਪਿੰਡ ਦਾ ਸਕੂਲ ਜਿਹੜਾ ਹੈ ਉਹ ਬੰਦ ਹੋ ਜਾਣਾ ਤੇ ਬਹੁਤ ਹੀ ਬਖੂਬੀ ਟੀਚਰਸ ਨੇ ਕੰਮ ਕੀਤਾ ਕਿਸੇ ਨੂੰ ਇਸ ਚੀਜ਼ ਦੀ ਇਨਫੋਰਮੇਸ਼ਨ ਨਹੀਂ ਆ ਕਿ ਇਹਨਾਂ ਵਿੱਚੋਂ ਕਿਹੜੇ ਸਕੂਲ ਚ ਆਲਰੇਡੀ 20 ਪਲੱਸ ਬੱਚੇ ਹੋ ਚੁੱਕੇ ਨੇ ਇਹ ਸਕੂਲ ਹੁਣ ਉਸ ਲਿਸਟ ਤੋਂ ਬਾਹਰ ਆ ਚੁੱਕਿਆ ਕਿਉਂਕਿ ਰੀਸੈਂਟ ਤੇ ਹਜੇ ਲਿਸਟ ਮੈਨੂੰ ਮਿਲੀ ਹੈ ਤੋ ਟੀਚਰ ਵਰਗ ਬਹੁਤ ਅੱਛਾ ਕੰਮ ਕਰ ਸਕਦਾ ਹੈ ਮੈਂ ਪਿਛਲੀ ਵੀਡੀਓ ਚ ਵੀ